ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਪਤਨ ਅਮਰਿੰਦਰ ਸਿੰਘ ਦੀ ਰਿਹਾਈ ਦੇ ਨਾਲ ਸਿਸਮਾ ਦੇ ਵਿੱਚ 125 ਏਕੜ ਸ਼ਾਮਲਾਟ ਜ਼ਮੀਨਾਂ ਦਾ ਕਬਜ਼ਾ ਛਡਵਾਇਆ ਹੈ ਅੱਜ ਰਜ਼ਾਇਸ ਕਬਜ਼ੇ ਛਡਵਾਉਣ ਦੇ ਲਈ ਕੁਲਦੀਪ ਸਿੰਘ ਢਾਲੀਵਾਲ ਦਾ ਕਾਫਲਾ ਸਿਸਮਾ ਪੰਚਾਇਤ ਦੇ ਕਿ 125 ਏਕੜ ਜ਼ਮੀਨ ਦਾ ਕਬਜ਼ਾ ਛਡਵਾਇਆ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਇਹ ਵੱਡਾ ਐਕਸ਼ਨ ਹੈ ਤੇ ਮਾਨਜੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਮਈ ਦੇ ਵਿੱਚ ਸਾਨੂੰ ਹਦਾਇਤ ਕੀਤੀ ਸੀਗੀ ਕਿ ਪੰਜਾਬ ਵਿੱਚ ਜਿਹੜੇ ਖੇਤੀਬਾੜੀ ਤੇ ਦੂਜੀਆਂ ਕਮਰਸ਼ੀਅਲ ਜ਼ਮੀਨਾਂ ਦੇ ਉੱਤੇ ਲੋਕਾਂ ਨੇ ਕਬਜ਼ੇ ਕੀਤੇ ਛੜਾਏ ਜਾਣ ਅਸੀਂ ਉਹਨੂੰ ਪਹਿਲੇ ਮਹੀਨੇ ਤੋਂ ਸ਼ੁਰੂ ਕੀਤਾ ਸੀਗਾ ਔਰ ਜੂਨ ਤੱਕ ਅਸੀਂ ਇਮਤਿਆਸ ਸੀਗਾ ਕਿ 5000 ਏਕੜ ਪਹਿਲੇ ਗੇੜ ਦੇ ਵਿੱਚ ਛਡਾਵਾਂਗੇ ਪਰ ਅਸੀਂ 400 ਏਕੜ ਜਿਹੜਾ ਉਹ ਪਹਿਲਾਂ ਛਡਾਇਆ ਸੀਗਾ ਉਹ ਸਾਰਾ ਹੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਦੂਜਾਡੇ ਇਲਾਕਿਆਂ ਦੇ ਵਿੱਚੋਂ ਸੀਗਾ ਔਰ ਲਗਭਗ ਸਾਰਾ ਉਹ ਖੇਤੀਬਾੜੀ ਨਾਲ ਖੇਤੀਬਾੜੀ ਵਾਲੀ ਲੈਂਡ ਸੀਗੀ ਉਹ ਹਿੱਸਾ ਦੀ ਲੈਂਡ ਛਡਾ ਕੇ ਦਬਾਵਾ ਜਿਹੜੀ ਸਾਦੀ ਲੀਜਾਂ ਦੇ ਉੱਤੇ ਉਹ ਦਿੱਤੀ ਹੈ ਬਹੁਤ سارے মিডিਆ ਅਕੈडमी ਹੋਰ ਲੋਕ ਵੀ ਸਾਡੇ ਤੇ ਸਵਾਲ ਕਰਦੇ ਸੀਗੇ ਕਿ ਤੁਸੀਂ ਪਿੰਡਾਂ ਵਾਲੇ ਆਮ ਲੋਕਾਂ ਕੋਲੋਂ ਜ਼ਮੀਨਾਂ ਛੜਾਈਆਂ ਪਰ ਜਿਹੜੇ ਚੰਡੀਗੜ੍ਹ ਦੇ ਨੇੜੇ ਤੇੜਿਆ ਜਿਹੜੀਆਂ ਬਹੁਤ ਮਹਿੰਗੀਆਂ ਜ਼ਮੀਨਾਂ ਨੇ ਤੁਸੀਂ ਉੱਥੇ ਨਹੀਂ ਕੋਈ ਕਾਰਵਾਈ ਕੀਤੀ ਬਟ ਮੈਂ ਹਮੇਸ਼ਾ ਤੁਹਾਨੂੰ ਕਿਹਾ ਸੀਗਾ ਕਿ ਇੱਥੇ ਸਾਡੀ ਕਾਨੂੰਨੀ ਪ੍ਰਕਿਰਿਆ ਜਿਹੜੀ ਬੜੀ ਪਚੀਦਾ ਹੈ ਸੋ ਅਸੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਇੱਥੇ ਸ਼ੁਰੂ ਕੀਤੀ ਹੈ ਉਹ ਸਾਨੂੰ ਪਹਿਲੀ ਪ੍ਰਾਪਤੀ ਜਿਹੜੀ ਹੈ ਉਹ ਹੋਈ ਹੈ ਕਿ ਅਸੀਂ ਇਸ ਸ਼ਿਸ਼ਵਾ ਦੇ ਵਿੱਚ ਬਿਲਕੁਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਦੇ ਫਾਰਮ ਹੌਸ ਦੇ ਨਾਲ ਉਹਨਾਂ ਦੇ ਲਾਗੇ ਇਹ 125 ਏਕੜ ਜ਼ਮੀਨ ਜਿਹੜੀ ਉਸੇ ਚੜਾਈ ਆ ਉਹਦੇ ਦਾ ਅੱਜ ਅਸੀਂ ਆਪਣੇ ਅਧਿਕਾਰ ਦੇ ਵਿੱਚ ਤੇ ਮਾਲ ਮਹਿਕਮੇ ਦੇ ਅਧਿਕਾਰ ਦੇ ਵਿੱਚ ਜਿਹੜਾ ਉਹ ਇਹਨੂੰ ਦਰਜ ਕਰਨਾ ਜੱਗ ਪਾਣੀ ਟੀਵੀ ਲਈ ਹਰੀਸ਼ ਬਖਲਾ ਦੀ ਰਿਪੋਰਟ